सत श्रीकाल दोस्तों, मैं थोड़ा अपना लखविंदर सिंह बिरक। दोस्तों मैं CBI मेडिकल सेंटर सिविल लाइन लुधियाना तो, तुसी साडा यूट्यूब चैनल देखते हो, आम देखते हो, असी हेल्थ दे रिलेटेड जिहड़ियां ने वो वीडियो बनाउंदे रहिंदे आ, ते इसे तरह असी वीडियो बनाउंदे रहांगे। अजकल करोना की महामारी तुहानू पता किवें फैल रही है, वो बारे कुछ लोगों नू गलत फहमियां ने भी इस करके इंजैक्शन बारे वैक्सीन बारे उसकी पूरी डिटेल। कई बार सानू क्वेश्चन आ रहे हैं अजकल कि वैक्सीन लगवानी चाहिए नहीं लगवानी चाहिए, सो इसे गल्लां नू मद्देनजर रखते हुए अज साडे नाल ने डॉक्टर SS सीबिया CBI मेडिकल सेंटर के ओनर, जो कि इस वैक्सीन बारे तुहानू पूरी डिटेल नाल दसणगे भी ये वैक्सीन लगवानी चाहिए है, किन्हां नू लगवानी चाहिए है, इहदा फायदा की है, कोई नुकसान तो नहीं। सो आप गलबात करते हैं जी डॉक्टर SS सीबिया जी नाल, आपां उन्हां नू पुछांगे कि यह वैक्सीन जिहड़ी है ये लगवानी चाहिए या नहीं लगवानी चाहिए। इसका डॉक्टर साहब साढ़े बड़े दर्शक पुछते हैं इस चीज़ में कि वैक्सीन आ तो गई है भी ये लगवानी चाहिए, क्योंकि डर बहुत पै गया सर, लोग ये कहते हैं भी वैक्सीन नहीं लगवानी चाहिए। सो प्लीज साढ़े दर्शकों को ये दसो भी वैक्सीन की पूरी डिटेल की है। आपां साइंटिफिकली चलना चाहिए जी, जो भी आप करते हैं विद एविडेंस प्रूफ के नाल, जो विज्ञानिक कह रहे हैं आप मुताबिक चलिए। स्पैशली जो आप ਇਹੀ ਬਿਮਾਰੀ ਨਾਲ ਡੀਲ ਕਰ ਰਹੇ ਹਾਂ ਜਿਹਦੇ ਬਾਰੇ ਆਪਾਂ ਨੂੰ ਬਹੁਤ ਜ਼ਿਆਦਾ ਨਹੀਂ ਪਤਾ, ਅਤੇ ਜਿੰਨਾ ਪਤਾ ਲੱਗਦਾ ਸਾਇੰਟਿਸਟ ਨੂੰ ਆਪਾਂ ਉਹਦਾ ਪੂਰਾ ਫਾਇਦਾ ਉਠਾ ਕੇ ਉਹਦੇ ਮੁਤਾਬਕ ਚੱਲੀਏ। ਇੱਕ ਚੀਜ਼ ਤਾਂ ਕਲੀਅਰ ਹੈਗੀ ਕਿ ਇਹ ਬਿਮਾਰੀ ਬਹੁਤ ਖਰਾਬ ਹੈਗੀ, ਅਤੇ ਬਿਮਾਰੀ ਹੋ ਜੇ ਉਸ ਤੋਂ ਚੰਗਾ ਹੈਗਾ ਕਿ ਆਪਾਂ ਉਹਨੂੰ ਹੋਣ ਤੋਂ ਹੀ ਬਚਾ ਲਈਏ ਆਪਣੇ ਆਪ ਨੂੰ। ਜੇ ਆਪਾਂ ਆਪਣੇ ਆਪ ਨੂੰ ਬਿਮਾਰੀ ਹੋਣ ਤੋਂ ਬਚਾ ਸਕਦੇ ਹਾਂ ਅਤੇ ਉਹਦੇ ਜਿੰਨੇ ਕੰਪਲੀਕੇਸ਼ਨਸ ਹੈਗੇ ਉਹ ਸਾਰੇ ਤੋਂ ਬਚ ਸਕਦੇ ਹਾਂ। ਜੋ ਆਪਾਂ ਦੇਖ ਰਹੇ ਹਾਂ ਦਵਾਈਆਂ ਦੀ ਕਮੀ ਹੈਗੀ, ਬੈਡਸ ਦੀ ਕਮੀ ਹੈਗੀ, ਆਕਸੀਜਨ ਦੀ ਕਮੀ ਆ, ਜੇ ਆਪਾਂ ਪਹਿਲੇ ਸਟੇਜ 'ਤੇ ਵੈਕਸੀਨੇਸ਼ਨ ਦੇ ਨਾਲ ਇਹ ਬਿਮਾਰੀ ਹੋਣ ਤੋਂ ਹੀ ਆਪਾਂ ਬਚ ਜਾਈਏ ਤਾਂ ਨੈਚੁਰਲੀ ਆਪਾਂ ਨੂੰ ਬਾਕੀ ਜਿੰਨੀਆਂ ਸ਼ੋਰਟੇਜਸ ਹੈਗੀਆਂ ਆਕਸੀਜਨ ਮੈਡੀਸਨ ਬੈਡਸ ਉਹਨਾਂ ਬਾਰੇ ਪਰਵਾਹ ਕਰਨ ਦੀ ਲੋੜ ਨਹੀਂ ਪਵੇਗੀ ਅਤੇ ਆਪਾਂ ਬਹੁਤ ਸੇਫਲੀ ਆਪਾਂ ਇਸ ਬਿਮਾਰੀ 'ਤੇ ਕਾਬੂ ਕਰ ਸਕਦੇ ਹਾਂ। ਦੂਜਾ ਇਹ ਵੀ ਬਹੁਤ ਕਲੀਅਰ ਹੈਗਾ ਕਿ ਬਿਮਾਰੀ ਦਾ ਇਲਾਜ ਕਰਕੇ ਆਪਾਂ ਬਿਮਾਰੀ ਖਤਮ ਨਹੀਂ ਕਰ ਸਕਦੇ, ਬਿਮਾਰ ਹੋਣ ਤੋਂ ਬਚਣ ਬਚ ਕੇ ਆਪਾਂ ਇਹ ਬਿਮਾਰੀ ਖਤਮ ਕਰ ਸਕਦੇ ਹਾਂ। ਅਤੇ ਬਚਣ ਦਾ ਇਸ ਟਾਈਮ ਇੱਕੋ ਇੱਕ ਤਰੀਕਾ ਹੈਗਾ, ਉਹ ਹੈਗਾ ਵੈਕਸੀਨੇਸ਼ਨ। ਵੈਕਸੀਨੇਸ਼ਨ ਕਈ ਕੰਪਨੀਆਂ ਬਣਾ ਰਹੀਆਂ ਹੈਗੀਆਂ, ਲੇਕਿਨ ਬੇਸਿਕਲੀ ਆਪਾਂ ਦੇਖੀਏ ਸਾਰਿਆਂ ਦਾ ਜਿਹੜਾ ਹੈਗਾ ਏਮ ਇੱਕੋ ਹੀ ਹੈਗਾ ਕਿ ਬਾਡੀ ਦੀ ਇਮਿਊਨਿਟੀ ਵਧਾਉਣਾ ਤਾਂ ਕਿ ਇਨਫੈਕਸ਼ਨ ਨਾ ਹੋਵੇ। ਇਸ ਕਰਕੇ ਆਪਾਂ ਇਹ ਨਾ ਦੇਖੀਏ ਕਿ ਕਿਹੜੀ ਕੰਪਨੀ ਦੀ ਹੈਗੀ, ਸਾਰਿਆਂ ਦੇ ਵਿੱਚ ਕੁਛ ਫਾਇਦਾ ਹੈਗਾ ਕੋਈ ਨੁਕਸਾਨ ਆ, ਲੇਕਿਨ ਲੈ ਦੇ ਕੇ ਸਭ 19-20 ਦਾ ਫਰਕ ਹੈਗਾ। ਇਸ ਕਰਕੇ ਜਿਹੜੀ ਵੀ ਵੈਕਸੀਨੇਸ਼ਨ ਅਵੇਲੇਬਲ ਹੋਵੇ ਉਹ ਜ਼ਰੂਰ ਲਗਵਾ ਲਓ, ਇਹਦੇ 'ਚ ਹੈਜੀਟੇਟ ਨਾ ਕਰੋ। ਡਾਕਟਰ ਸਾਹਿਬ, ਲੋਕਾਂ ਦੇ ਮਨ ਦੇ ਵਿੱਚ ਇਹ ਵੀ ਸਵਾਲ ਹੈ ਕਿ ਉਮਰ ਦੇ ਹਿਸਾਬ ਨਾਲ ਕਿਵੇਂ ਇੰਜੈਕਸ਼ਨ ਲੱਗੇਗਾ, ਤੁਸੀਂ ਥੋੜ੍ਹੀ ਜਿਹੀ ਇਹ ਵੀ ਕਲੀਅਰ ਕਰ ਦਿਓ ਕਿ ਕਿਸ ਕਿਸ ਉਮਰ ਦੇ ਬੰਦਿਆਂ ਨੂੰ ਇਹ ਇੰਜੈਕਸ਼ਨ ਲਗਾਉਣੇ ਚਾਹੀਦੇ ਨੇ। ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈਗਾ ਅਤੇ ਇਹਦਾ ਵੀ ਸਾਇੰਟੀਫਿਕਲੀ ਆਪਾਂ ਨੂੰ ਚੱਲਣਾ ਪੈਣਾ। ਸਭ ਤੋਂ ਪਹਿਲੀ ਗੱਲ ਤਾਂ ਹੈਗੀ ਕਿ ਜਿਹੜੇ ਬਜ਼ੁਰਗ ਹੈਗੇ 65 ਸਾਲ ਤੋਂ ਉੱਤੇ, ਜੇ ਉਹਨਾਂ ਨੂੰ ਬਿਮਾਰੀ ਹੋ ਜਾਵੇ ਤਾਂ ਜ਼ਿਆਦਾ ਸਵੇਰ ਹੁੰਦੀ ਹੈਗੀ, ਟੈਸਟ ਰੇਟ ਜ਼ਿਆਦਾ ਹੁੰਦਾ ਹੈਗਾ। ਇਸ ਕਰਕੇ ਸਭ ਤੋਂ ਪਹਿਲੀ ਪ੍ਰਾਇੋਰਟੀ ਆਪਣੀ ਸਰਕਾਰ ਨੇ ਦਿੱਤੀ ਹੈਗੀ ਵੈਕਸੀਨੇਸ਼ਨ ਨੂੰ, ਜਿਹੜੇ ਬੰਦੇ 65 ਜਾਂ 60 ਸਾਲ ਤੋਂ ਜ਼ਿਆਦਾ ਹੈਗੇ ਉਹਨਾਂ ਦੀ ਪਹਿਲੀ ਪ੍ਰਾਇੋਰਟੀ ਹੈਗੀ। ਉਹਦੇ ਨਾਲ ਨਾਲ ਜਿਨ੍ਹਾਂ ਨੂੰ ਕੋਈ ਹੋਰ ਨਾਲ ਬਿਮਾਰੀ ਨਾਲ ਹੋਵੇ, ਜਿਵੇਂ ਕਿ ਹਾਰਟ ਦੀ ਬਿਮਾਰੀ ਆ, ਬਲੱਡ ਪ੍ਰੈਸ਼ਰ ਹੈਗਾ, ਡਾਇਬਟੀਜ਼ ਆ, ਕਿਡਨੀ ਦੀ ਪ੍ਰੋਬਲਮ ਹੈਗੀ, ਸਾਹ ਦੀ ਪ੍ਰੋਬਲਮ ਆ, ਕਿਉਂਕਿ ਇਹਨਾਂ ਦੇ ਵਿੱਚ ਵੀ ਬਿਮਾਰੀ ਬਹੁਤ ਜ਼ਿਆਦਾ ਸਵੀਅਰ ਹੁੰਦੀ ਹੈਗੀ। ਇਸ ਕਰਕੇ ਇਹਨਾਂ ਪੇਸ਼ੈਂਟਸ ਨੂੰ ਜਿਹੜੇ ਕਿ 60-65 ਸਾਲ ਤੋਂ ਜ਼ਿਆਦਾ ਹੈਗੇ ਅਤੇ ਜਿਨ੍ਹਾਂ ਨੂੰ ਇਹ ਨਾਲ ਬਿਮਾਰੀਆਂ ਜਿਹਨੂੰ ਅਸੀਂ ਕੋਮੋਬਿਲਿਟੀ ਕਹਿੰਦੇ ਹਾਂ, ਇਹਨਾਂ ਨੂੰ ਜ਼ਿਆਦਾ ਪ੍ਰੈਫਰੈਂਸ ਦਿੱਤਾ ਜਾਂਦਾ ਹੈਗਾ ਵੈਕਸੀਨੇਸ਼ਨ ਦਾ। ਉਹਦੇ ਬਾਅਦ ਜੋ ਆਪਣੀ ਸਰਕਾਰ ਨੇ ਕੀਤਾ ਹੈਗਾ ਕਿ 45 ਸਾਲ ਤੋਂ ਪਲੱਸ ਵਾਲੇ ਜਿੰਨੇ ਹੈਗੇ ਉਹਨਾਂ ਨੂੰ ਦਿੱਤਾ ਜਾਵੇ। ਹਾਂ, ਇਹਦੇ 'ਚ ਮੈਂ ਇੱਕ ਚੀਜ਼ ਹੋਰ ਐਡ ਕਰੂੰਗਾ ਕਿ ਜਿਹੜਾ ਪਹਿਲਾ ਗਰੁੱਪ ਆ, ਸਭ ਤੋਂ ਪਹਿਲੇ ਵੈਕਸੀਨੇਸ਼ਨ ਜਿੰਨਾਂ ਦੇ ਆ, ਉਹਦੇ ਵਿੱਚ ਹੈਲਥ ਵਰਕਰਸ ਵੀ ਸ਼ਾਮਿਲ ਆ, ਕਿਉਂਕਿ ਉਹਨਾਂ ਦਾ ਐਕਸਪੋਜਰ ਬਹੁਤ ਜ਼ਿਆਦਾ ਹੈਗਾ। ਹੈਲਥ ਵਰਕਰ ਦਾ ਮਤਲਬ ਸਿਰਫ ਡਾਕਟਰ ਨਹੀਂ ਹੈਗਾ, ਡਾਕਟਰ, ਨਰਸਿਸ, ਟੈਕਨੀਸ਼ੀਅਨਸ, ਫਾਰਮਾਸਿਸਟ, ਸਫਾਈ ਸੇਵਕ, ਵਾਰਡ ਅਟੈਂਡੈਂਟ, ਇਹ ਸਾਰੇ ਉਸ ਗਰੁੱਪ 'ਤੇ ਜਾ ਜਾਂਦੇ ਹੈਗੇ ਕਿ ਸਾਰਿਆਂ ਦਾ ਐਕਸਪੋਜਰ ਜ਼ਿਆਦਾ ਹੈਗਾ। ਇਸ ਕਰਕੇ ਇਹਨਾਂ ਨੂੰ ਸਭ ਤੋਂ ਪਹਿਲੇ ਵੈਕਸੀਨੇਸ਼ਨ ਮਿਲਣਾ ਚਾਹੀਦਾ, ਉਹਦੇ ਬਾਅਦ 45 ਪਲੱਸ, ਉਹਦੇ ਬਾਅਦ 18 ਸਾਲ ਤੋਂ ਉੱਤੇ ਜਿਹੜੇ ਹੈਗੇ ਉਹਨਾਂ ਦੀ ਵਾਰੀ ਆਊਗੀ। ਇਹ ਦੇਖਿਆ ਇੰਡੀਆ ਦੀ ਇਸ ਟਾਈਮ ਉਹ ਹੈਗੀ ਕਿ 18 ਸਾਲ ਪਲੱਸ ਵਾਲਿਆਂ ਨੂੰ ਵੈਕਸੀਨੇਸ਼ਨ ਲਗਾਇਆ ਜਾਏ। ਅਮਰੀਕਾ ਦੇ ਵਿੱਚ
16 साल उन्होंने करता हैगा ते कई अमेरिकन डॉक्टर्स ये डिमांड कर रहे हैगे कि ये भी जिहड़ी लिमिट हैगी वह 12 साल की जाए ते अमरीका दे विच डिमांड हैगी कि 12 साल के बाद सारे नूं वैक्सीनेशन लगाया जाए। डॉक्टर साहब तुसीं वधिया दस्सता कि एज किहड़े हिसाब नाल लगाउणा चाहीदा किवें गवर्नमेंट अपनी कर रही है। सो डॉक्टर साहब प्लीज सारे दर्शकों को यह भी दसो भी केड़ा केड़ा जो पेशेंट है जां किसी तरह की कोई प्रॉब्लम है इनू कौन पर नहीं लवा सकता इंजेक्शन। ये बहुत इंपॉर्टेंट है जिहड़ा असी टेक्निकली कॉन्ट्रा इंडीकेशन कहने हैगे जे कि प्रेगनेंट आ उस लेडी नूं नहीं लगवाना चाहीदा हैगा। कोई लेडी ब्रेस्ट फीडिंग करा रही है उन्होंने भी नहीं लगवाना चाहिए क्योंकि प्रेगनेंसी ते ब्रेस्ट फीडिंग दे विच अजे उन्नी रिसर्च नहीं हुई कि इहदी किन्नी सेफ्टी आ। अरे मैं ये ऐड कर दिया कि अमरीका दे विच कई जगह दे उत्ते अमरीका दे विच कई जगह दे उत्ते वह प्रेगनेंसी दे विच भी लगा रहे हैगे क्योंकि वह फील करते हैं कि एक प्रेगनेंसी दे विच जे आपां लगाउणे हैगे ते आपां एक नहीं दो जानां नूं बचा सकते हैं। इस करके वह इसनों इंपोर्टेंस दे रहे हैं लेकिन अजे थोड़ा कॉन्ट्रोवर्शियल है जिते तक इंडिया का तालुक आ अजे तक जिहड़ा है प्रेगनेंसी नूं कॉन्ट्राइंडीकेशन की कैटेगरी रखा गया है। इहदे इलावा जे कोई वैक्सीनेशन दे नाल किसी नूं एलर्जी हैगी उहनूं नहीं लगाना चाहिए। कोई जिहदी इम्यूनिटी डाउन होवे कोई स्टेरॉइड्स वगैरह लै रहा होवे कई दमे वाले पेशेंट स्टेरॉइड लैंदे हैगे कई किडनी फेलियर या किडनी रिप्लेसमेंट दे बाद जिहड़े हैगे उह लैंदे हैगे इम्यूनोसप्रेशन मेडिसिन। जे कोई एक ही मेडिसिन लै रहा हो किसी भी कारण जिसकी इम्यूनिटी लो हो नहीं लगवाना चाहिए। इलावा ऑलमोस्ट सारे लगवा सकते हैं। हाँ जिन्हों कोई बुखार होया हो बुखार मतलब हैगा कि जिन्हों कोविड होया हो सोचा जाता है कि नैचुरल इम्यूनिटी जी कोविड की हैगी होने के बाद कोई 3 महीने रही हैगी जे किसी को कोविड हो गया हो 3 महीने के बाद लगवाए जे किसी को बुखार वगैरह हैगा वह भी इनू उस वक्त अवॉइड करे जब तक वह ठीक ना हो। जे कोई होर प्रॉब्लम हो जिमें बुखार के अलावा भी कोई उल्टिया है टटिया लगिया हुई है कोई पेट दर्द हो रहा कुछ होर है उन्होंने भी नहीं लगवाना चाहिए। ए मैं एक होर चीज़ ऐड कर दिया जिन्होंने ब्लीडिंग टेंडेंसी आ उन्होंने नहीं लगवाना चाहिए है। ब्लीडिंग टेंडेंसी का मतलब है कि वह पेशेंट जिन्होंने कोई भी सट लग जाए तो जल्दी ब्लीडिंग नहीं रुकती उन्होंने भी ये वैक्सीनेशन नहीं लगवाना चाहिए। सो डॉक्टर साहब बहुत वधिया तुसीं दस्सिया कि किनू लगवाना चाहिए किनू नहीं लगवाना चाहिए। दर्शकों सर ये भी दसो भी इहदे नुकसान की ने कई बार कह देंगे ना फायदे तो ने नुकसान की ने कई डरते नहीं लवा रहे इस चीज़ में वैक्सीन। सो प्लीज उन्हों का भी थोड़ा डर दूर करो जी उन्होंने बारे भी थोड़ा दसो भी की इहदा फायदा की नुकसान की थोड़ा। पहली गल तो आपां एक चीज़ याद रखनी पैनी है कि कोई भी चीज़ कोई भी मेडिसिन कोई भी ट्रीटमेंट 100% पॉजिटिव नहीं हैगा जी। हर पॉजिटिव चीज के नाल कुछ नैगेटिविटी होंगी है। जे आप किसी का ट्रीटमेंट करते हैं डॉक्टर्स बीमारी भी खराब आ मेडिसिन भी खराब आ इस करके नहीं करते कि मेडिसिन बहुत चंगी गल है इस करके करते हैं असं इलाज कि जी मेडिसिन हैगी बीमारी नालों घट भैड़ी हैगी तो वह फायदे ज्यादा है। उस वैक्सीनेशन का है जिहड़ी वैक्सीनेशन आ किसे किसे नूं वो तंग कर सकती है जिथे इंजैक्शन लगता हैगा उत्थे लाली हो सकती है पेन हो सकती है इचिंग हो सकती है किसे किसे नूं बुखार हो जाता हैगा वैक्सीनेशन के बाद। कई लोग हैगे जिन्हां नूं उहदे बाद बॉडी एक्स हो जाते हैगे ते ये चीज़ां जिहड़ियां हैगियां आपां ये सोचिए कि नैचुरल पार्ट हैगा वैक्सीनेशन का इहनूं मैं नैगेटिव नहीं गिनूंगा। मैं ये कहूँगा कि कोविड होके एनी मोर्टैलिटी का डेथ का रिस्क लैन नालों वैक्सीनेशन लगवा के एक थोड़ा जिहड़ा चांस हैगा वह भी सारे नूं नहीं किसे किसे पेशेंट नूं ये बैटर हैगा ते लैस रिस्की हैगा ते आपां नूं वैक्सीनेशन जरूर लगवा लेना चाहिए हैगा। डॉक्टर साहब एक सवाल यह भी है कि वैक्सीनेशन जिहड़े ने किन्ने लगवाने चाहिए ने ते जिहड़ा पहला वैक्सीनेशन लगना है उस तो दूजा जिहड़ा वैक्सीनेशन लगन का टाइम जिहड़ा पीरियड है वह किन्ना है। जिहड़ी डोज हैगी नॉर्मली 2 वैक्सीनेशन दे डोज लगते हैगे जी। जिहड़ा पहला वैक्सीनेशन हैगा जिहड़ा सैकेंड हैगा उहदे 6 to 8 हफ्ते दे बाद लगाया जांदा हैगा जी। हाँ तो एक चीज़ इंपॉर्टेंट हैगी कि जिहड़ा सैकेंड डोज हैगी जिहड़ी
ਉਹਦੇ 15 ਦਿਨ ਦੇ ਬਾਅਦ ਇਮਿਊਨਿਟੀ ਡਿਵੈਲਪ ਹੁੰਦੀ ਹੈ। ਇਹ ਨਾ ਸੋਚੋ ਕਿ ਅੱਜ ਵੈਕਸੀਨੇਸ਼ਨ ਲੱਗ ਗਿਆ ਤੇ ਕੱਲ ਨੂੰ ਮੈਂ ਇਮਿਊਨ ਆ, ਨਾ ਇਹ ਸੋਚੋ ਕਿ ਸੈਕਿੰਡ ਵੈਕਸੀਨੇਸ਼ਨ ਲੱਗ ਗਿਆ ਤੇ ਕੱਲ ਨੂੰ ਮੈਂ ਇਮਿਊਨਿਟੀ ਮਿਲ ਜਾ ਗਈ। ਸੈਕਿੰਡ ਵੈਕਸੀਨੇਸ਼ਨ ਦੇ 15 ਦਿਨ ਦੇ ਬਾਅਦ ਇਮਿਊਨਿਟੀ ਡਿਵੈਲਪ ਹੁੰਦੀ ਹੈਗੀ ਜੀ। ਇਸ ਕਰਕੇ ਚਾਹੇ ਵੈਕਸੀਨੇਸ਼ਨ ਲੱਗ ਗਿਆ ਹੈਗਾ, ਪਰਹੇਜ਼ ਕਰਨਾ ਬਹੁਤ ਜ਼ਰੂਰੀ ਹੈਗਾ। ਵਾਰ ਵਾਰ ਹੱਥ ਸਾਫ਼ ਕਰਨੇ, ਮਾਸਕ ਪਾਉਣਾ, ਸੋਸ਼ਲ ਡਿਸਟੈਂਸੀ ਰੱਖਣੀ, 2 ਗਜ਼ ਦੂਰੀ, ਇਹ ਚੀਜ਼ਾਂ ਚਾਹੇ ਵੈਕਸੀਨੇਸ਼ਨ ਲੱਗ ਜਾਏ ਫਿਰ ਵੀ ਜ਼ਰੂਰੀ ਆ। ਹਾਂ, ਇੱਕ ਗੱਲ ਹੋਰ ਇੰਪੋਰਟੈਂਟ ਹੈਗੀ, ਕਈ ਲੋਕ ਕਹਿੰਦੇ ਹੈਗੇ ਕਿ ਇਹਦਾ ਕੀ ਫਾਇਦਾ, ਇਹਦੇ ਨਾਲ ਤਾਂ ਫਿਰ ਵੀ ਇਨਫੈਕਸ਼ਨ ਹੋ ਜਾਂਦੀ ਹੈ ਕਈਆਂ ਨੂੰ। ਬਿਲਕੁਲ ਠੀਕ ਗੱਲ ਹੈਗੀ, ਰਿਸਰਚ ਕੀਤੀ ਗਈ ਹੈਗੀ, ਰਿਸਰਚ ਦੇ ਵਿੱਚ ਉਹਨਾਂ ਨੇ ਹਜ਼ਾਰਾਂ ਪੇਸ਼ੈਂਟਸ ਲਏ ਜਿਨ੍ਹਾਂ ਨੂੰ ਕਿ ਵੈਕਸੀਨੇਸ਼ਨ ਲੱਗਿਆ, ਅਤੇ ਹਜ਼ਾਰਾਂ ਉਹ ਸਟੱਡੀ ਕੀਤੇ ਜਿਨ੍ਹਾਂ ਨੂੰ ਨਹੀਂ ਲੱਗਿਆ ਸੀਗਾ। ਜਿਨ੍ਹਾਂ ਨੂੰ ਲੱਗਿਆ ਸੀਗਾ ਉਹਨਾਂ ਨੂੰ ਇਨਫੈਕਸ਼ਨ ਰੇਟ ਬਹੁਤ ਘੱਟ ਸੀਗਾ, ਥੋੜ੍ਹਾ ਮੋਟਾ ਨਹੀਂ, ਬਹੁਤ ਜ਼ਿਆਦਾ ਫਰਕ ਸੀਗਾ। ਇਹ ਸਟੈਟਿਸਟਿਕਸ ਅਵੇਲੇਬਲ ਹੈਗੇ, ਅਤੇ ਜੇ ਵੀ ਚਾਹੁੰਦਾ ਹੈਗਾ ਉਹ ਮੈਨੂੰ ਵਟਸਐਪ ਕਰ ਸਕਦਾ, ਮੈਂ ਉਹਨੂੰ ਸਟੈਟਿਸਟਿਕ ਭੇਜ ਦੇਊਂਗਾ। ਜਿਹੜੇ ਪੇਸ਼ੈਂਟ ਵੈਕਸੀਨੇਸ਼ਨ ਲੱਗਿਆ ਉਹਨਾਂ ਨੂੰ ਇਨਫੈਕਸ਼ਨ ਰੇਟ ਬਹੁਤ ਘੱਟ ਸੀਗਾ, ਅਤੇ ਜਿਹੜਾ ਇਨਫੈਕਸ਼ਨ ਵੀ ਹੋਈ ਉਹ ਸਵੇਰਿਟੀ ਬਹੁਤ ਘੱਟ ਸੀਗੀ। ਇਸ ਕਰਕੇ ਆਪਾਂ ਨੂੰ ਵੈਕਸੀਨੇਸ਼ਨ ਲਗਵਾਉਣਾ ਚਾਹੀਦਾ, ਇਹਦੇ ਕੋਈ 2 ਰਾਏ ਨਹੀਂ ਰੱਖਣੀਆਂ ਚਾਹੀਦੀਆਂ। ਇਹਦੇ ਮੈਂ ਹੋਰ ਐਡ ਕਰਦੇ ਹਾਂ ਕਿ ਮੈਂ ਵੈਕਸੀਨੇਸ਼ਨ ਲਗਵਾਇਆ ਹੈਗਾ, ਮੇਰੇ ਸਾਰੇ ਸਟਾਫ ਮੈਂਬਰਸ ਨੇ, ਮੇਰੀ ਸਾਰੀ ਫੈਮਿਲੀ ਨੇ ਵੈਕਸੀਨੇਸ਼ਨ ਲਗਵਾਇਆ ਹੈਗਾ, ਅਤੇ ਕਿਸੇ ਨੂੰ ਕੋਈ ਮੇਜਰ ਪ੍ਰੋਬਲਮ ਨਹੀਂ ਆਈ। ਡਾਕਟਰ ਸਾਹਿਬ, ਜਿਹੜੇ ਆਪਾਂ ਵੈਕਸੀਨ ਲਵਾਉਂਦੇ ਹਾਂ ਇਹਦਾ ਅਸਰ ਕਿੰਨਾ ਚਿਰ ਰਹਿੰਦਾ ਜੀ? ਬਹੁਤ ਚੰਗਾ ਕੁਐਸਚਨ ਹੈਗਾ ਜੀ। ਪਹਿਲੀ ਗੱਲ ਤਾਂ ਫਿਰ ਮੈਂ ਕਹੂੰਗਾ ਕਿ ਨਵੀਂ ਬਿਮਾਰੀ ਜਾਂ ਨਵਾਂ ਵੈਕਸੀਨੇਸ਼ਨ ਹੈਗਾ, 100% ਐਕੂਰੇਸੀ ਨਾਲ ਕੋਈ ਨਹੀਂ ਕੁਛ ਕਹਿ ਸਕਦਾ ਹੈਗਾ। ਜੋ ਐਕਸਪੈਕਟਡ ਹੈਗਾ ਕਿ 3 to 6 ਮੰਥਸ ਇਹਦਾ ਇਫੈਕਟ ਰਹੇਗਾ, ਹੋ ਸਕਦਾ ਕਿ ਉਸ ਤੋਂ ਕਾਫ਼ੀ ਦੇਰ ਰਹੇ ਜ਼ਿਆਦਾ। ਹਾਂ, ਇਹਦੇ 'ਚ ਇੱਕ ਚੀਜ਼ ਜ਼ਰੂਰ ਮੈਂ ਐਡ ਕਰੂੰਗਾ ਕਿ ਜਿਹੜਾ ਨਵਾਂ ਸਟ੍ਰੇਨ ਆ ਰਿਹਾ ਹੈ ਵੈਕਸੀਨੇਸ਼ਨ, ਨਵਾਂ ਵਾਇਰਸ ਦਾ ਸਟ੍ਰੇਨ ਆ ਰਿਹਾ ਹੈਗਾ, ਇਹ ਜ਼ਰੂਰੀ ਨਹੀਂ ਹੈਗਾ ਕਿ ਹਰ ਵੈਕਸੀਨ ਜਿਹੜਾ ਹੈਗਾ ਹਰ ਸਟ੍ਰੇਨ ਦੇ ਉੱਤੇ ਅਸਰ ਕਰੇ। ਇਸ ਕਰਕੇ ਜੇ ਨਵੇਂ ਸਟ੍ਰੇਨ ਆਉਂਦੇ ਹੈਗੇ ਆਪਾਂ ਨੂੰ ਉਹਦੇ ਮੁਤਾਬਕ ਨਵੇਂ ਵੈਕਸੀਨੇਸ਼ਨ ਦੀ ਲੋੜ ਪੈ ਸਕਦੀ ਹੈ ਜੀ। ਡਾਕਟਰ ਸਾਹਿਬ, ਕਈ ਵਾਰੀ ਕੀ ਹੁੰਦਾ ਕਿ ਵੈਕਸੀਨੇਸ਼ਨ, ਦੋਵੇਂ ਵੈਕਸੀਨੇਸ਼ਨ ਲਵਾਉਣ ਤੋਂ ਬਾਅਦ ਲੋਕ ਕਹਿ ਦਿੰਦੇ ਨੇ ਜੀ ਅਸੀਂ ਤਾਂ ਮੇਲੇ ਕਰਨੇ ਨੇ, ਅਸੀਂ ਪਾਰਟੀਆਂ 'ਚ ਜਾਣਾ ਜੀ, ਉਹ ਸਹੀ ਹੈ ਕਿੱਥੋਂ ਤੱਕ, ਕਿਸ ਹੱਦ ਤੱਕ ਸਹੀ ਹੈ ਜੀ? ਕੀ ਪਰਹੇਜ਼ ਜ਼ਰੂਰੀ ਨਹੀਂ ਵੈਕਸੀਨ ਤੋਂ ਬਾਅਦ ਵੀ? ਮੈਂ ਇਹਨੂੰ ਨਾ ਸਹੀ ਦੀ ਕੈਟੇਗਰੀ 'ਚ ਨਹੀਂ ਲਾਊਂਗਾ ਜੀ, ਮੈਂ ਇਹਨੂੰ ਬੇਵਕੂਫੀ ਦੀ ਕੈਟੇਗਰੀ 'ਚ ਲਾਊਂਗਾ ਜੀ। ਇੱਕ ਮਰੀਜ਼ ਡਾਕਟਰ ਕੋਲੇ ਜਾਂਦਾ ਹੈਗਾ, ਹੱਥ 'ਤੇ ਸੱਟ ਲੱਗ ਗਈ, ਡਾਕਟਰ ਨੇ ਪੱਟੀ ਕੀਤੀ, ਦਵਾਈ ਦਿੱਤੀ, ਠੀਕ ਹੋ ਗਿਆ। ਫਿਰ ਮਰੀਜ਼ ਕਵੇ ਕਿ ਡਾਕਟਰ ਸਾਹਿਬ ਤੁਸੀਂ ਠੀਕ ਕੀਤੀ ਸੀ ਉਂਗਲ, ਹੁਣ ਮੈਂ ਤਾਂ ਹਥੌੜੀ ਮਾਰ ਲਵਾਂ, ਸੱਟ ਤਾਂ ਨਹੀਂ ਲੱਗੂਗੀ ਜੀ ਜੀ ਸਹੀ। ਮੈਂ ਇਹ ਬਿਲਕੁਲ ਇਹ ਚੀਜ਼ ਕਹੂੰਗਾ ਕਿ ਇਹਦੇ ਬਾਅਦ ਵੀ ਪ੍ਰੀਕੋਸ਼ਨ ਰੱਖਣੇ ਬਹੁਤ ਜ਼ਰੂਰੀ ਹੈਗੇ, ਆਪਾਂ ਉਹਨਾਂ ਨੂੰ ਨਹੀਂ ਇਗਨੋਰ ਕਰ ਸਕਦੇ। ਦੁਬਾਰੇ ਆਪਣੇ ਉਂਗਲ ਦੇ ਉੱਤੇ ਸੱਟ ਮਾਰਨ ਵਾਲਾ ਕੰਮ ਨਾ ਕਰੋ। ਡਾਕਟਰ ਸਾਹਿਬ, ਕਈ ਵਾਰੀ ਹੁੰਦਾ ਨਾ ਕਿ ਵੈਕਸੀਨ ਇੱਕ ਨੇ ਲਵਾਇਆ ਹੁੰਦਾ, ਦੂਜੇ ਨੇ ਨਹੀਂ ਲਵਾਇਆ ਹੁੰਦਾ, ਉਸ ਦੇ ਵਿੱਚ ਵੀ ਆਪਾਂ ਨੂੰ ਜਿਹੜਾ ਵੈਕਸੀਨ ਲਵਾਇਆ ਉਹਦਾ ਜ਼ਿਆਦਾ ਇਫੈਕਟ ਪੈਂਦਾ ਜੀ ਉਹਦੇ 'ਤੇ? ਜਿਵੇਂ ਹੁਣ ਕਿਸੇ ਨੇ ਵੈਕਸੀਨ ਨਹੀਂ ਲਵਾਇਆ, ਆਪਾਂ ਉਹਦੇ ਕੋਲ ਜਾ ਕੇ ਬਿਨਾਂ ਮਾਸਕ ਤੋਂ ਚਲੇ ਗਏ, ਉਹ ਵੀ ਸਾਈਡ ਇਫੈਕਟ ਹੀ ਹੈ ਸਰ ਇੱਕ? ਤੋ ਗੱਲ ਇਹ ਹੈਗੀ ਕਿ 2 ਗੱਲਾਂ ਹੈਗੀਆਂ ਜੀ। ਪਹਿਲੀ ਗੱਲ ਤਾਂ ਹੈਗੀ ਕਿ ਜਿਹਨੇ ਵੈਕਸੀਨੇਸ਼ਨ ਲਗਵਾਇਆ, ਵੈਕਸੀਨੇਸ਼ਨ ਦੀ ਜਿਹੜੀ ਹੈਗੀ ਇਫੈਕਟਿਵਨੈਸ ਉਹ ਨੋਰਮਲੀ 70-80% ਦੇ ਕਰੀਬ ਹੈ ਜੀ। 100% ਉਹਦੇ ਨਾਲ ਇਮਿਊਨਿਟੀ ਨਹੀਂ ਮਿਲਦੀ 100% ਲੋਕਾਂ ਨੂੰ ਜੀ। ਇੱਕ ਤਾਂ ਇਹ ਹੋ ਸਕਦਾ ਹੈਗਾ ਕਿ ਤੁਸੀਂ ਉਹ 10-20% ਵਿੱਚ ਉਹ ਜਿਹਨਾਂ ਨੂੰ ਕਿ ਵੈਕਸੀਨੇਸ਼ਨ ਜਿਹਨਾਂ ਨੇ ਅਤੇ ਜਿਹਨਾਂ 'ਤੇ ਵੈਕਸੀਨੇਸ਼ਨ ਨਹੀਂ ਕੰਮ ਕੀਤਾ ਜੀ, ਅਤੇ ਤੁਹਾਨੂੰ ਇਨਫੈਕਸ਼ਨ ਹੋ ਸਕਦੀ ਆ, ਤੁਸੀਂ ਉਹਨੂੰ ਦੇ ਸਕਦੇ ਹੋ। ਦੂਜੀ ਹੈਗੀ ਕਿ ਜੇ ਉਹਨੂੰ ਇਨਫੈਕਸ਼ਨ ਆ ਤੁਹਾਨੂੰ ਦੇ ਸਕਦਾ ਹੈਗਾ। ਇਸ ਕਰਕੇ ਵੈਕਸੀਨੇਸ਼ਨ ਦੇ ਬਾਅਦ ਵੀ ਪ੍ਰੀਕੋਸ਼ਨ ਰੱਖਣਾ, ਦੂਰੀ ਰੱਖਣੀ, ਮਾਸਕ ਪਾਉਣਾ ਜ਼ਰੂਰੀ ਹੈਗਾ ਜੀ। ਡਾਕਟਰ ਸਾਹਿਬ, ਇਹ ਬਿਮਾਰੀ ਬਹੁਤ ਭੈੜੀ ਕੋਵਿਡ-19, ਇਹਨੂੰ ਖਤਮ ਕਰਨ ਦਾ ਸਹੀ ਤਰੀਕਾ ਕੀ ਹੈ? ਪਹਿਲੀ ਗੱਲ ਚੜ੍ਹਦੀ ਕਲਾ ਜੀ, ਆਪਣੇ ਗੁਰੂ ਕਹਿ ਗਏ ਹੈਗੇ ਕਿ ਚੜ੍ਹਦੀ ਕਲਾ ਰੱਖੋ, ਇਸ ਕਰਕੇ ਪੋਜ਼ਿਟਿਵਿਟੀ ਰੱਖੋ, ਪੋਜ਼ਿਟਿਵ ਥਿੰਕਿੰਗ ਰੱਖੋ ਅਤੇ ਆਸ ਪਾਸ ਪੋਜ਼ਿਟਿਵਿਟੀ ਫੈਲਾਓ ਜੀ। ਦੂਜਾ ਹੈਗਾ ਕਿ ਜਿਹੜੀ ਚੀਜ਼ ਆਉਂਦੀ ਹੈਗੀ ਉਹ ਜਾਂਦੀ ਵੀ ਹੈ ਜੀ ਜੀ। ਆਪਾਂ ਸਮਾਲ ਪੌਕਸ 'ਤੇ ਵਿਜੇ ਪਾਈ ਹੈਗੀ, ਆਪਾਂ ਪੋਲੀਓ ਰੈਡੀਕੇਟ ਕੀਤਾ ਹੈਗਾ ਜੀ ਜੀ ਜੀ, ਆਪਾਂ ਟਿਊਬਰਕਲੋਸਿਸ ਰੈਡੀਕੇਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਅਤੇ ਇਹ ਕਿਉਂ ਨਹੀਂ ਜਾਊ? ਡਾਕਟਰ ਸਾਹਿਬ, ਤੁਸੀਂ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਲੋਕਾਂ ਨੂੰ ਵੀ ਵੈਕਸੀਨ ਲਵਾਉਣੀ ਚਾਹੀਦੀ, ਕਿਹੜੀ ਕਿਹੜੀ ਏਜ ਨੂੰ ਲਵਾਉਣੀ ਚਾਹੀਦੀ, ਕਿਹਨੂੰ ਨਹੀਂ ਲਵਾਉਣੀ ਚਾਹੀਦੀ। ਸੋ ਡਾਕਟਰ ਸਾਹਿਬ, ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਬਿਮਾਰੀ ਹੈਗੀ ਭੈੜੀ ਹੈਗੀ,
ਆਪਾਂ ਨੇ ਉਹਦੇ ਉੱਤੇ ਵਿਕਟਰੀ ਪ੍ਰਾਪਤ ਕਰਨੀ ਆ, ਆਪਾਂ ਨੇ ਹਰਾਉਣਾ ਹੈਗਾ, ਚੜ੍ਹਦੀ ਕਲਾ ਰੱਖਣੀ ਆ, ਆਹ ਪੋਜ਼ਿਟਿਵ ਰਹਿਣਾ ਹੈਗਾ ਤੇ ਬਾਕੀ ਅੱਜ ਪੋਜ਼ਿਟਿਵਿਟੀ ਫੈਲਾਉਣੀ ਹੈ। ਆਪਾਂ ਕਈ ਬਿਮਾਰੀਆਂ ਦੇ ਉੱਤੇ ਵਿਜੇ ਪ੍ਰਾਪਤ ਕਰ ਚੁੱਕੇ ਹੈਗੇ, ਆਪਾਂ ਸਮਾਲ ਪੋਕਸ ਰੈਡੀਕੇਟ ਕੀਤਾ, ਆਪਾਂ ਪੋਲੀਓ ਰੈਡੀਕੇਟ ਕੀਤਾ, ਆਪਾਂ ਟਿਊਬਰਕਲੋਸਿਸ ਰੈਡੀਕੇਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਆਪਾਂ ਕੋਵਿਡ ਨੂੰ ਵੀ ਆਪਾਂ ਰੈਡੀਕੇਟ ਕਰਾਂਗੇ। ਲੇਕਿਨ ਆਪਾਂ ਨੂੰ ਫਿਰ ਉਹੀ ਯਾਦ ਰੱਖਣਾ ਪੈਣਾ, ਵੈਕਸੀਨੇਸ਼ਨ, ਮਾਸਕ, ਬਾਰ ਬਾਰ ਹੱਥ ਧੋਣੇ ਤੇ ਦੋ ਗਜ਼ ਦੂਰੀ, ਇਹ ਕਰਾਂਗੇ। ਕੋਈ ਕਾਰਨ ਨਹੀਂ ਹੈਗਾ ਕਿ ਆਪਾਂ ਕੋਰੋਨਾ ਨੂੰ ਖਤਮ ਨਾ ਕਰ ਸਕੀਏ। ਵੀ ਡੈਫੀਨੇਟਲੀ ਵੀ ਵਿਲ ਵਿਨ। ਇਹਦੇ ਇਲਾਵਾ ਹੋਰ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਆ ਰਹੀਆਂ ਹੈਗੀਆਂ, ਜਿਵੇਂ ਸ਼ਾਈਕੋਕੈਨ ਹੈਗਾ, ਜਿੱਥੇ ਸ਼ਾਈਕੋਕੈਨ ਲੱਗ ਜੇ ਉੱਥੇ ਜਿਹੜਾ ਆਸ ਪਾਸ ਜਿਹੜਾ ਹੈਗਾ ਉਹ ਖਤਮ ਹੋ ਜਾਂਦਾ ਹੈਗਾ, ਵਾਇਰਸ ਨੂੰ ਨਿਊਟਰਲਾਈਜ਼ ਕਰ ਦਿੰਦਾ ਹੈਗਾ। ਅਹੀਆਂ ਚੀਜ਼ਾਂ ਹੋਰ ਆ ਰਹੀਆਂ ਹੈਗੀਆਂ, ਇਹ ਆਪਾਂ ਕਿਸੇ ਹੋਰ ਐਪੀਸੋਡ ਵਿੱਚ ਗੱਲ ਕਰਾਂਗੇ। ਫਿਲਹਾਲ ਦੇ ਲਈ ਇਹ ਆਪਾਂ ਯਾਦ ਰੱਖੀਏ ਕਿ ਆਪਾਂ ਨੇ ਅੱਜ ਤੇ ਵਿਕਟਰੀ ਪ੍ਰਾਪਤ ਕਰਨੀ ਆ, ਆਪਾਂ ਨੇ ਕੋਵਿਡ ਦਾ ਖਾਤਮਾ ਕਰਨਾ। ਸੋ ਡਾਕਟਰ ਸਾਹਿਬ, ਤੁਸੀਂ ਬਹੁਤ ਵਧੀਆ ਦੱਸਿਆ ਲੋਕਾਂ ਨੂੰ ਵੈਕਸੀਨ ਬਾਰੇ। ਸੋ ਤੁਹਾਡੇ ਮਨ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੇ ਸਵਾਲ ਹੋਣ, ਤੁਸੀਂ ਪੁੱਛਣਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਮੈਡੀਕਲ ਦੇ ਰਿਲੇਟਿਡ, ਡਾਕਟਰ ਸਾਹਿਬ ਦਾ ਮੋਬਾਈਲ ਨੰਬਰ ਹੈ ਜੀ 9814034818। ਸੋ ਸਾਡਾ ਸੀਬੀਐਮ ਮੈਡੀਕਲ ਸੈਂਟਰ ਸਿਵਲ ਲਾਈਨ ਲੁਧਿਆਣਾ ਦੇ ਵਿੱਚ ਹੈ ਜੀ। ਸੋ ਸਾਡਾ ਯੂਟਿਊਬ ਚੈਨਲ ਹੈ ਜੀ ਸੀਬੀਆ ਹਾਰਟ ਸੈਂਟਰ ਦੇ ਨਾਮ ਤੇ, ਉਹਨੂੰ ਸਬਸਕ੍ਰਾਈਬ ਕਰ ਲਿਓ। ਤੁਹਾਨੂੰ ਹੈਲਥ ਦੇ ਰਿਲੇਟਿਡ ਜਿਹੜੀਆਂ ਵੀਡੀਓ ਨੇ ਇਸੇ ਤਰ੍ਹਾਂ ਮਿਲਦੀਆਂ ਰਹਿਣਗੀਆਂ। ਕੋਸ਼ਿਸ਼ ਕਰਾਂਗੇ ਕਿ ਇਸ ਤੋਂ ਵਧੀਆ ਵਧੀਆ ਹੈਲਥ ਦੇ ਨਾਲ ਜਿੰਨੀਆਂ ਵੀ ਰਿਲੇਟਿਡ ਵੀਡੀਓ ਨੇ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ। ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ, ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਓ ਤਾਂ ਕਿ ਜਿਹੜੀ ਵੀ ਅਸੀਂ ਵੀਡੀਓ ਅਪਲੋਡ ਕਰਦੇ ਹਾਂ ਉਹਦੀ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਤੋਂ ਜਲਦੀ ਮਿਲ ਸਕੇ। ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ। ਸੋ ਸਾਡਾ ਯੂਟਿਊਬ ਦੇਖਣ ਲਈ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ, ਸਤਿ ਸ੍ਰੀ ਅਕਾਲ। ਸੋ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਕਿਨੂੰ ਵੈਕਸੀਨ ਲਵਾਉਣੀ ਚਾਹੀਦੀ, ਕਿਨੂੰ ਨਹੀਂ ਲਵਾਉਣੀ ਚਾਹੀਦੀ, ਸਾਰੀ ਡਿਟੇਲ ਤੁਸੀਂ ਸਮਝ ਗਏ ਹੋਵੋਗੇ। ਸੋ ਹੱਥ ਜੋੜ ਕੇ ਬੇਨਤੀ ਹੈ ਜੀ, ਕੋਵਿਡ-19 ਦੇ ਉੱਪਰ ਵਿਜੇ ਪਾਉਣ ਵਾਸਤੇ ਤੁਹਾਨੂੰ ਵੈਕਸੀਨ ਲਵਾਉਣੀ ਹੀ ਪੈਣੀ, ਜਿਵੇਂ ਕਿ ਡਾਕਟਰ ਸਾਹਿਬ ਨੇ ਦੱਸਿਆ ਕਿਹੜੀ ਏਜ ਨੂੰ ਲੱਗੇਗੀ, ਕਿਵੇਂ ਲੱਗੇਗੀ, ਕਿਨੂੰ ਨਹੀਂ ਲਵਾਉਣਾ ਚਾਹੀਦਾ। ਸੋ ਇਸੇ ਤਰ੍ਹਾਂ ਦੀ ਅਸੀਂ ਮੈਡੀਕਲ ਦੇ ਨਾਲ ਰਿਲੇਟਿਡ ਜਿਹੜੀਆਂ ਤੁਹਾਡੀ ਹੈਲਥ ਦੇ ਨਾਲ ਰਿਲੇਟਿਡ ਵੀਡੀਓ ਨੇ ਇਸੇ ਤਰ੍ਹਾਂ ਅਸੀਂ ਤੁਹਾਡੀ ਕਚਹਿਰੀ ਹਾਜ਼ਰ ਕਰਦੇ ਰਹਾਂਗੇ। ਸੋ ਸਾਡਾ ਯੂਟਿਊਬ ਚੈਨਲ ਹੈ ਜੀ ਸੀਬੀਆ ਹਾਰਟ ਸੈਂਟਰ ਦੇ ਨਾਮ ਤੇ, ਉਹਨੂੰ ਸਬਸਕ੍ਰਾਈਬ ਕਰ ਲਿਓ, ਘੰਟੀ ਵਾਲਾ ਬਟਨ ਦਬਾ ਲਿਓ ਤਾਂ ਕਿ ਤੁਹਾਨੂੰ ਜਿਹੜੀ ਲੇਟੈਸਟ ਵੀਡੀਓ ਅਸੀਂ ਅਪਲੋਡ ਕਰੀਏ ਉਹਦੀ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕੇ। ਸੋ ਹੱਥ ਜੋੜ ਕੇ ਬੇਨਤੀ ਹੈ ਕਿ ਵੈਕਸੀਨੇਸ਼ਨ ਜ਼ਰੂਰ ਲਵਾਇਓ ਤੇ ਆਪਣੇ ਆਪ ਨੂੰ ਸੇਫ ਰੱਖਿਓ। ਸੋ ਇਸੇ ਵਿੱਚ ਸਾਡੀ ਤੇ ਸਾਡੇ ਦੇਸ਼ ਦੀ ਭਲਾਈ ਹੈ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ।